ਇਨਸੀਡੈਂਟ ਇੱਥੇ ਸਪਰਾਵਾਂ ਦੇ ਵਿੱਚ ਹੋਇਆ ਕੀ ਕਹਿਣਾ ਚਾਹੂੰਗਾ ਜਿਹੜਾ ਇਨਸੀਡੈਂਟ ਬੜਾ ਅਨਫੋਰਚੂਨੇਟ ਇਨਸੀਡੈਂਟ ਹੈਗਾ ਉੱਥੇ ਦੋ ਫੈਮਲੀਜ਼ ਦੇ ਵਿੱਚ ਕਾਫੀ ਟਾਈਮ ਤੋਂ ਲੈਂਡ ਡਿਸਪਿਊਟ ਚੱਲਦਾ ਸੀ ਅਤੇ ਉਹਦੇ ਵਿੱਚ ਇੱਕ ਪਾਰਟੀ ਨੇ ਆ ਕੇ ਇੱਥੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਹੈਗੀ ਅਤੇ ਉਹਦੇ ਵਿੱਚ ਜਿਹੜੀ ਫਾਇਰਿੰਗ ਹੋਈ ਦੋਨੋਂ ਦਿਨਾਂ ਦੇ ਵਿੱਚ ਉਹਦੇ ਵਿੱਚ ਦੋ ਬੰਦਿਆਂ ਦੀ ਜਿਹੜੀ ਹੈਗੀ ਜਾਨ ਗਈ ਹੈਗੀ ਅਤੇ ਦੋ ਤਿੰਨ ਬੰਦੇ ਉਹਦੇ ਵਿੱਚ ਇੰਜਰਡ ਹੈਗੇ ਅਤੇ ਸਾਡੀ ਟੀਮ ਲੱਗੀ ਵੀ ਹੈਗੀ ਜਿਹੜੇ ਦੋਸ਼ੀ ਹੈਗੇ ਉਹਨਾਂ ਨੂੰ ਫੜ ਕੇ ਜਿਹੜੇ ਸਖ਼ਤ ਤੋਂ ਸਖ਼ਤ ਸਜ਼ਾ ਅਸੀਂ ਦਿਲਾਵਾਂਗੇ ਅਤੇ ਨਾਲ ਜਿਹੜਾ ਹੈਗਾ ਉਹ ਜਿਹੜੇ ਵਿਕਟਿਮ ਪਾਰਟੀ ਹੈਗੀ ਉਹਨਾਂ ਦੇ ਨਾਲ ਸਾਡਾ ਰਾਬਤਾ ਹੈਗਾ ਅਤੇ ਉਹਨਾਂ ਦੇ ਬਿਆਨ ਦਰਜ ਕਰਕੇ ਪਰਚਾ ਦਰਜ ਕਰਕੇ ਕਾਰਵਾਈ ਕੀਤੀ ਜਾਏਗੀ। ਸਰ ਜਿਹੜੀ ਮਤਲਬ ਗੋਲੀ ਚੱਲੀ ਆ ਇਹਦੇ ਇਹਨਾਂ ਦੇ ਹਥਿਆਰ ਨਹੀਂ ਜਮ੍ਹਾਂ ਕਰਵਾਏ ਸੀ ਜਦੋਂ ਪਤਾ ਸੀ ਇਸ ਮਾਮਲੇ ਦਾ? अब इसको तो चेक करवाना पड़ेगा जैसे आप बता रहे हैं कि हथियार नहीं जमा करवाए और पहले से डिस्प्यूट चल रहा है तो ये इसको डिटेल के अंदर चेक करवाते हैं कि अगर इनका डिस्प्यूट चल रहा था तो ये हाँ ये बात ठीक है कि इनका डिस्प्यूट चल रहा था काफ़ी टाइम से तो इनके हथियार डेफिनेटली जमा करवाए होने चाहिए अगर जिसके लिए लायक नहीं होगा तो उसको उसको भी चला। सर इन कोई अपना गिरफ्तारी कोई हुई हो? हाँ जी इससे कुछ बंदे ऐसे गिरफ्तार करते हैं तो वो डिटेल्स अभी डिस्क्लोज कर देंगे तो मुकदमा कर देंगे। थैंक यू।